ਪਿੰਡ ਮੱਤਾ ਦੇ ਸਾਂਝ ਕੇਂਦਰ ਦੇ ਵਿੱਚ ਇੱਕ ਹਫ਼ਤੇ ਵਿੱਚ ਦੋ ਵਾਰ ਹੋਈ ਚੋਰੀ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ। ਜਾਣਕਾਰੀ ਅਨੁਸਾਰ ਜੈਤੋ ਦੇ ਨਜ਼ਦੀਕੀ ਪੈਂਦੇ ਪਿੰਡ ਮੱਤਾ ਵਿਖੇ ਦੇਰ ਰਾਤ ਚੋਰਾਂ ਵੱਲੋਂ ਇੱਕ ਸੇਵਾ ਕੇਂਦਰ ਦੇ ਵਿੱਚ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੋਰਾਂ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇੱਕ ਨੌਜਵਾਨ ਅੰਦਰ ਦਾਖਲ ਹੁੰਦਾ ਹੈ ਅਤੇ ਉਸ ਤੋਂ ਬਾਅਦ ਉਸ ਕੈਮਰਿਆਂ ਨੂੰ ਬੰਦ ਕਰਕੇ AC ਕੰਪਿਊਟਰ ਸਮੇਤ ਹੋਰ ਕਈ ਚੀਜ਼ਾਂ ਚੋਰੀ ਕਰਕੇ ਲੈ ਜਾਂਦਾ ਹੈ। ਸੈਂਟਰ ਦੇ ਮਾਲਕ ਨੇ ਦੱਸਿਆ ਕਿ ਇੱਕ ਹਫ਼ਤਾ ਪਹਿਲਾਂ 31 ਤਰੀਕ ਨੂੰ ਵੀ ਇਹ ਚੋਰੀ ਹੋਈ ਸੀ। ਆਓ ਸੁਣਦੇ ਹਾਂ ਕੀ ਕਹਿਣਾ ਹੈ ਇਸ ਵਿਅਕਤੀ ਦਾ। ਮੇਰਾ ਨਾਮ ਰਣਜੀਤ ਸਿੰਘ ਹੈ ਜੀ। ਹਾਂ ਰਣਜੀਤ ਜੀ, ਕੀ ਗੱਲਬਾਤ ਹੋਈ ਆ ਰਾਜ ਸੇਵਾ ਕੇਂਦਰ ਦੇ ਵਿੱਚ? ਆਪਣੇ ਸਰ ਰਾਤ ਚੋਰੀ ਹੋਈ, ਤਕਰੀਬਨ 1:30 ਵਜੇ ਦਾ ਟਾਈਮ ਸੀਗਾ ਜੀ। ਮੇਰੇ ਫੋਨ ਇੱਥੇ ਕੈਮਰਾ ਲੱਗਿਆ ਹੋਇਆ, ਕੈਮਰੇ ਦੀ ਨੋਟੀਫਿਕੇਸ਼ਨ ਆਈ ਕੈਮਰਾ ਆਫਲਾਈਨ ਹੋ ਗਿਆ ਜੀ। ਜੀ, ਉਹਨੂੰ ਵੇਖਦੇ ਮੈਂ ਸ਼ੱਕ ਦੇ ਆਧਾਰ ਦੇ ਉੱਪਰ ਸੇਵਾ ਕੇਂਦਰ ਪਹੁੰਚਿਆ ਜੀ। ਤਕਰੀਬਨ 2 ਵਜੇ ਦੇ ਆਸ ਪਾਸ ਦਾ ਟਾਈਮ ਸੀਗਾ ਜਦੋਂ ਮੈਂ ਸੇਵਾ ਕੇਂਦਰ ਪਹੁੰਚਿਆ ਜੀ। ਪਹੁੰਚ ਕੇ ਦੇਖਿਆ ਉੱਥੇ ਲੋਕ ਭੰਨੇ ਹੋਏ ਆ ਜੀ। ਠੀਕ ਹੈ ਜੀ, ਅੰਦਰ ਜਾ ਕੇ ਦੇਖਿਆ ਚੋਰੀ AC ਹੋਇਆ ਹੋਇਆ ਜੀ, ਇੱਕ PC ਚੋਰੀ ਹੋਇਆ ਹੋਇਆ ਜੀ। ਠੀਕ ਹੈ ਜੀ, ਗੇਟ ਦੇ ਲੋਕ ਲੁਕ ਤੋੜੇ ਹੋਏ ਆ। ਉਸ ਤੋਂ ਪਹਿਲਾਂ ਵੀ ਸਰ ਆਪਣੀ ਚੋਰੀ ਹੋਈ 31 ਤੇ 1 ਦੀ ਰਾਤ ਨੂੰ ਚੋਰੀ ਹੋਈ ਹੈ ਜੀ, ਜਿਸ ਦੇ ਵਿੱਚ ਇਹਨਾਂ ਨੇ ਗੇਟ ਦੇ ਸੇਮ ਲੋਕ ਤੋੜ ਕੇ ਜੀ ਅੰਦਰ ਇੱਕ ਇਨਵੇਟਰ ਚੱਕਿਆ, ਇੱਕ ਬਾਇਓਮੈਟ੍ਰਿਕ ਦੀ ਮੰਤਰ ਦੀ ਮਸ਼ੀਨ ਚੱਕੀ ਹੈ ਜੀ। ਠੀਕ ਹੈ, ਦਰਖਾਸਤ ਅਸੀਂ ਥਾਣੇ ਦੇ ਵਿੱਚ ਦਿੱਤੀ ਸੀਗੀ ਪਰ ਉਹਦੀ ਕੋਈ ਕਾਰਵਾਈ ਨਹੀਂ ਹੋਈ। ਗੁਰਦੀਪ ਸਿੰਘ ਕੋਲੇ ਉਹਨਾਂ ਦਾ ਕੇਸ ਸੀਗਾ ਜੀ। ਅੱਛਾ, ਤੁਸੀਂ ਹੁਣ ਵੀ ਪਹੁੰਚੇ ਹੋ ਇੱਥੇ ਥਾਣੇ? ਹਾਂਜੀ ਸਰ, ਹਾਂ ਵੀ ਪਹੁੰਚੇ ਹਾਂ। ਦਰਖਾਸਤ ਵਗੈਰਾ ਦਿੱਤੀ? ਹਾਂਜੀ ਸਰ, ਦਰਖਾਸਤ ਦਿੱਤੀ ਆ, ਫੋਟੋ ਵਗੈਰਾ ਲਿਆ ਕੇ ਦਿੱਤੀਆਂ ਜੀ, CCTV ਕੈਮਰੇ ਦੀ ਫੁਟੇਜ ਦਿੱਤੀ ਸੀਗੀ। ਅੱਛਾ, CCTV ਦੇ ਵਿੱਚ ਕੋਈ ਚੋਰ ਆਇਆ ਗਾ? ਹਾਂਜੀ ਸਰ, ਇੱਕ ਜੈਂਟਸ ਦੀ ਕਲਿੱਪ ਆਈ ਹੈ, ਸੈਕਿੰਡ ਬੰਦਾ ਉਹਦੇ ਨਾਲ ਕੋਈ ਹੋਰ ਆ, ਉਹ ਥੋੜ੍ਹਾ ਜਿਹਾ ਅੱਗੇ ਹੋਇਆ, ਦੁਬਾਰਾ ਪਿੱਛੇ ਹੋ ਗਿਆ। ਉਹਦੀ ਪੂਰੀ ਪ੍ਰੋਪਰ ਵੀਡੀਓ ਨਹੀਂ ਆਈ, ਉਹ ਪਿੱਛੇ ਇੱਕ ਓਹਲੇ ਹੋਇਆ ਲੱਕੜ ਦੇ। ਠੀਕ ਹੈ ਜੀ।